ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਦੇ ਦਾ। ਤੈਨੂੰ ਕੀ ਨੀ ਦਿੱਤਾ ਪੰਜਾਬੀ ਨੇ? ਇਹਨੂੰ ਪੁੱਛੋ ਤਾਂ ਗੁਰਦਾਸਮਾਨ ਵਰਗਿਆਂ ਨੂੰ, ਇਹਦੀ ਕਦੇ ਫੁੱਟੀ ਗੋਡੀ ਦਿੱਤੀ ਆ? ਇਹ ਲੋਕ ਸਾਡੇ ਤੋਂ ਡਾਲਰ ਦੱਬ ਕੇ ਲੈ ਜਾਂਦੇ, ਲੁੱਟ ਕੇ ਲੈ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਫਸੇ ਗੁਰਦਾਸ ਮਾਨ ਦਾ ਕਾਫੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਇੱਕ ਢਾਡੀ ਜਥੇ ਵੱਲੋਂ ਗੁਰਦਾਸ ਮਾਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ। ਆਓ ਦੇਖਦੇ ਹਾਂ ਇਹ ਵੀਡੀਓ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਬਟਨ ਨੂੰ ਦਬਾ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਅੱਜ ਜੋ ਬਾਦ ਵਿਵਾਦ ਚੱਲ ਰਹੇ ਨੇ, ਮੈਂ ਸਾਰਿਆਂ ਨੂੰ ਵੀਰਾਂ ਨੂੰ ਜਿੱਥੇ ਸਿਨੇਮਰ ਬੇਨਤੀ ਕਰਦਾ, ਉੱਥੇ ਜਿਹੜੇ ਬੋਲੀ ਤੋਂ ਬਾਹਰੇ ਹੋ ਕੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ, ਉਹਨਾਂ ਨੂੰ ਤਾੜਨਾ ਵੀ ਆ ਨਿਹੰਗ ਸਿੰਘਾਂ ਵੱਲੋਂ। ਬੰਦੇ ਦੇ ਪੁੱਤ ਬਣੋ, ਜਿਹੜੀ ਮਾਂ ਨੇ ਤੁਹਾਨੂੰ ਸੁਪਰ ਸਟਾਰ ਬਣਾਇਆ, ਉਹ ਮਾਂ ਉਹ ਇਹ ਨਾ ਉਹ ਕਿਤੇ ਸ਼ਰਫ ਵਾੜੀਆਂ ਲੈਂਦਾ ਤੁਹਾਡੇ ਤੇ ਟੁਕਣ, ਵੀ ਮੁੱਠਾ ਮੀਚ ਕੇ ਨੁਕਰੇ ਹਾਂ ਬੈਠੀ ਓਏ ਟੁੱਟੀ ਹੋਈ ਸਤਾਰ ਪਾਪੀਆਂ ਦੀ ਸ਼ਰਫ, ਜਿਨ੍ਹਾਂ ਨੇ ਪੁੱਛੀ ਨਾ ਬਾਤ ਮੇਰੀ, ਬੇ ਮੈਂ ਬੋਲੀ ਹਾਂ ਉਹਨਾਂ ਪੰਜਾਬੀ ਜ਼ੁਬਾਨੇ ਕਹਿਣ ਵਾਲੇ ਉਹ ਵਾਸਤਾਈ ਗੁਰਮੁਖੀ ਨੂੰ ਇੱਕ ਪਾਸੇ ਰੱਖੋ, ਬਾਕੀ ਠੀਕ ਹੈ ਅਸੀਂ ਕੋਈ ਵਿਰੋਧ ਤਾਂ ਨਹੀਂ ਕਰਦੇ, ਜੋ ਮਰਜ਼ੀ ਕਹੋ ਕਹਾਓ, ਪਰ ਇੰਨਾ ਵੀ ਚਾਹ ਕੇ ਕਿ ਆਪਣੀ ਮਾਂ ਨੂੰ ਇੱਕ ਪਾਸੇ ਕਰਕੇ ਮਾਂ ਲਈ ਕੁਝ ਵੀ ਨਾ ਕਹਿ ਕੇ ਤੇ ਮਾਸੀ ਲਈ ਬਹੁਤਾ ਕੁਝ ਕਿਹਾ ਜਾਣਾ, ਇਹ ਠੀਕ ਨਹੀਂ। ਆਪਣੇ ਬਚਨਾਂ ਨੂੰ ਸੁਧਾਰੋ, ਤਕੜੇ ਹੋ ਕੇ ਜੋ ਅੱਜ ਪੰਥ ਦੇ ਆਲੂ ਕਿਰਪਾਲੂ ਏ, ਅੱਗੇ ਨੀ ਬਖਸ਼ਿਆ, ਅੱਗੇ ਵੀ ਤੇ ਬਖਸ਼ਿਆ ਹੀ ਦਿੱਤਾ, ਬਖਸ਼ ਦੇਣਗੇ। ਸੋ ਬੇਨਤੀ ਆ, ਉਹੋ ਜਿਹੇ ਬਣੋ ਜਿਹੋ ਜਿਹੇ ਮਹਾਰਾਜ ਨੇ ਬਣਾਇਆ, ਇੱਧਰ ਉੱਧਰ ਨਾ ਜੋੜੋ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ। ਇਹ ਸੱਚਾ ਪੰਥ ਏ, ਸੱਚੇ ਦਾ ਨਹੀਂ ਮਰ ਸਕਦਾ, ਨਹੀਂ ਮਿਟ ਸਕਦਾ। ਲੱਖ ਚੱਖੜ ਚੋਂ ਲੇਸ ਉੱਤੇ ਕੋਈ ਇਹਦਾ ਬਾਲ ਬੰਗਾ ਵੀ ਨਹੀਂ ਕਰ ਸਕਦਾ। ਯਾਦ ਰੱਖਿਓ, ਕਈ ਹੋ ਤੁਰ ਗਏ, ਕਈਆਂ ਨੇ ਤੁਰ ਜਾਣਾ। ਧੰਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਜਿਹਨਾਂ ਬਾਣੀ ਆਪਣੀ ਕਲਮ ਨਾਲ ਰਚੀ, ਉਹ ਬਾਬੇ ਗੁਰਦਾਸ, ਭਾਈ ਗੁਰਦਾਸ ਦੇ ਉਪਾਸ਼ਕਾਂ ਨੂੰ ਵੀਰੋ, ਇੱਧਰ ਉੱਧਰ ਦੀਆਂ ਗੱਲਾਂ ਛੱਡੋ। ਇਸ ਵੀਡੀਓ ਵਿੱਚ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਗੁਰਦਾਸ ਮਾਨ ਦੇ ਤੁਸੀਂ ਹੱਕ ਵਿੱਚ ਹੋ ਜਾਂ ਵਿਰੋਧ ਵਿੱਚ, ਅਤੇ ਇਸ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਕੋਈ ਤਾਂ ਕਿ ਮਿਟਾਵਣ ਯੋਗ ਨਹੀਂ, ਕੋਈ ਤਾਂ ਕਿ ਮਿਟਾਏ ਨਹੀਂ ਜਾਣਾ।